ਲੇ ਵਾਲੂਗਾ ਵੀ ਦਿਖਾ ਦੇ, ਇਧਰੋਂ ਲਾ ਕੇ ਇੱਥੋਂ ਦਿਖਾ ਦੇ, ਖਾਣ ਥਨਾ ਉਹ ਟੋਪ ਦਾ ਯਾਰ, ਇੱਥੋਂ ਲੇ ਵਾਲੂਗਾ ਦਿਖਾ ਦੇ, ਪੂਰੇ ਚੌੜੇ ਆਰਡਰ ਦੀ ਆ, ਫਿਕਸ ਆਰਡਰ ਆ, ਤੇ ਮੇਨ ਗੱਲ ਆ ਨਸਾਂ ਨੁਸਾਂ ਬਹੁਤ ਨੇ ਯਾਰ, ਇਹ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਹੁੰਦੀ ਆ ਸੱਜਣੋ, ਇਹਦੇ ਪੈਸੇ ਕਿੰਨੇ ਲਾ, ਇਹਦਾ ਚੌਥਾ ਪੰਜਵਾਂ ਸੂਆ ਹੋਊਗਾ, ਇਹੀ ਜੀ ਗੱਲ ਨਹੀਂ, ਪਰ ਉਹ ਯਾਰ ਜੇ ਬਾਡੀ ਦੀ ਗੱਲ ਕਰ ਲਾਂ, ਬਾਡੀ ਤੋਂ ਸਮੀ ਹੋਈ ਆ ਕਿਉਂਕਿ ਸੂਕੇ ਕਈ ਵਾਰੀ ਪਸ਼ੂ ਦਬ ਜੇ ਜਾਂਦਾ, ਪਰ ਆਰਡਰ ਯਾਰ ਇਹਦਾ ਵੀ ਬਾ ਕਮਾਲ ਆ ਹਨਾ। ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਹਮੀਦੀ, ਤਹਿਸੀਲ ਮਹਿਲ ਕਲਾਂ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਰਹਿਣਾ ਬਾਈਆਂ ਨੂੰ ਬਰਨਾਲਾ, ਕਿਉਂਕਿ ਇਸ ਬੈਲਟ ਦੇ ਵਿੱਚ ਅਕਸਰ ਮੈਂ ਵੀਡੀਓ ਬਣਾਉਂਦਾ ਰਹਿਣਾ, ਤੇ ਅੱਜ ਦੀ ਵੀਡੀਓ ਲੱਗਿਆ ਹਮੀਦੀ ਪਿੰਡ ਤੋਂ ਬਣਾਉਣ ਲੱਗਿਆ, ਕੰਮ ਸੱਜਣ ਦਾ ਵਪਾਰ ਦਾ ਵੀਡੀਓ ਲੱਗਿਆ, ਇਸ ਘਰ ਚੋਂ ਪਹਿਲੀ ਬਣਾਉਣ। ਜਾਨਵਰ ਹੈਗੇ ਨੇ ਬਾਈ ਕੋਲੇ ਸੱਜਣੋ ਚਾਰ ਨੇ, ਤੇ ਚਾਰੇ ਹੈਗੀਆਂ ਨੇ ਮੱਝਾਂ, ਕਿਉਂਕਿ ਗਾਵਾਂ ਦੀ ਵੀਡੀਓ ਅਕਸਰ ਆਉਂਦੀ ਰਹਿੰਦੀ ਆ, ਪਰ ਮੱਝਾਂ ਦੀ ਡਿਮਾਂਡ ਵੀ ਦੇਖਣ ਵਾਲੇ ਸੱਜਣ ਕਰਦੇ ਨੇ ਵੀ ਯਾਰ ਗੁਰੀ ਮੱਝਾਂ ਵੀ ਦਿਖਾਇਆ ਕਰ। ਉਸੇ ਢਾਲ ਤੇ ਮੰਨ ਲਓ ਵੀ ਚਾਰ ਝੋਟੀਆਂ ਲੈ ਕੇ, ਇੱਕ ਸਾਹਮਣੇ ਮੈਂ ਤਾਜੀ ਸੂਈ ਆ, ਤੇ ਇੱਕ ਹੈਗੀ ਆ ਸੱਜਣੋ ਧੋਕੜ ਝੋਟੀ ਆ, ਮੇਰਾ ਖਿਆਲ ਹੈ ਚੰਗੇ ਸੀਮਨ ਦੀ ਆ, ਕਿਸੇ ਦੀ ਹੈਗੀ ਵੀ ਦੰਦਾਂ 'ਚ ਤੇ ਮਾਗਰ ਉਹਦੇ ਹੈਗਾ ਸੱਜਣੋ ਮੇਲ ਕਾਫ, ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਇਕੱਲੀ ਇਕੱਲੀ ਤੋਰ ਕੇ ਵੀ ਦਿਖਾਵਾਂਗੇ, ਤੇ ਰੇਟ ਦੀ ਵੀ ਗੱਲਬਾਤ ਬਾਈ ਨਾਲ ਕਰਾਂਗੇ। ਆ ਜਾਓ ਜੀ, ਹਾਂਜੀ, ਨਾਮ ਦੱਸ ਦਿਓ ਕੀ ਆਪਣਾ ਬਾਈ? ਨੌ ਹਰਪ੍ਰੀਤ ਦੱਸ ਦੇ। ਨੌ ਹਰਪ੍ਰੀਤ ਸਿੰਘ, ਕੰਮ ਹੈਗਾ ਵਪਾਰ ਦਾ ਹਨਾ, ਕਿੰਨੇ ਕੁ ਸਾਲ ਹੋ ਗਏ ਕਰਦੇ ਨੂੰ? 2 ਸਾਲ। ਅੱਛਾ, 2-3 ਸਾਲ ਹੋ ਗਏ, ਵਧੀਆ ਲੱਗਿਆ ਹੋਇਆ ਕੰਮ? ਹਾਂ ਵਧੀਆ, ਕੰਮ ਟੌਪ ਤੇ ਹਨਾ। ਆ ਝੋਟੀ ਤੋਂ ਕਰ ਲਈ ਸਟਾਰਟ? ਹਾਂਜੀ। ਲਗਾਤਾਰ ਸਾਹ ਝੋਟੀ ਤੇ ਮਾਰਦੇ ਕੈਮਰਾ, ਇੱਕ ਵਾਰੀ ਖੋਲ ਕੇ ਤੋਰ ਦੇ ਬਾਈ, ਨਾਲ ਨਾਲ ਦੀ ਡਿਟੇਲ ਦੱਸ ਦੀ। ਤੇ ਝੋਟੀ ਹੈਗੀ ਆ ਸੱਜਣੋ, ਜੇ ਗੱਲ ਕਰ ਲਈਏ ਫੁੱਲ ਵੱਡੀ, ਫੁੱਲ ਵੱਡੀ ਬਾਡੀ ਵਾਲੀ ਝੋਟੀ ਆ, ਤੇ ਨਸਾਂ ਨੁਸਾਂ ਬਹੁਤ ਨੇ, ਤੇ ਮੇਨ ਗੱਲ ਹੁੰਦੀ ਆ ਸੱਜਣੋ ਥਣ ਥਨੌਟ ਦੀ, ਥਣ ਥਨੌਟ ਝੋਟੀ ਨੂੰ ਟੌਪ ਦਾ ਲੱਗਿਆ। ਸੂਆ ਕਿਹੜਾ ਬਾਈ ਇਹਦਾ? ਤੀਜਾ ਸੂਆ ਵੀਰੇ ਦਾ। ਆ ਸੂਆ ਹੈਗਾ ਤੀਜਾ, ਪਰ ਜੇ ਗੱਲ ਕਰ ਲਈਏ ਸੱਜਣੋ ਬਾਡੀ ਵਾਲੀ ਝੋਟੀ ਆ, ਆਰਡਰ ਵੀ ਇਹਦਾ ਸਟਿਚ ਆ, ਕੋਈ ਟੁੱਟਮਾ ਆਰਡਰ ਨਹੀਂ ਹੈਗਾ, ਤੇ ਉੱਤੋਂ ਬਾਡੀ ਬੂਡੀ ਦਾ ਉਹੀ ਗੱਲ ਆ ਵੀ ਸੱਜਣੋ ਬਾਡੀ ਬੂਡੀ ਦੀ ਝੋਟੀ ਹੈਗੀ ਆ ਲਾਜਵਾਬ, ਤਾਜੀ ਸੂਈ ਆ, ਤੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਹੈਗਾ ਸੱਜਣੋ, ਮੇਰਾ ਖਿਆਲ ਆ ਕੱਟੀ ਆ ਬਾਈ ਨਾਲ, ਹਨਾ ਕੱਟੀ ਆ ਫੀਮੇਲ ਕਾਫ, ਹਾਂ ਨਾਲ ਇਹਦੇ ਫੀਮੇਲ ਕਾਫ ਆ, ਤਾਂ ਆ ਇਹਦੀ ਕੱਟੀ ਤੇ ਵੀ ਮਾਰਨੀ ਦਰਸ ਕੈਮਰਾ, ਓਏ ਆ ਕੱਟੀ ਤੇ ਵੀ ਮਾਰਦੀ ਕੈਮਰਾ, ਕੱਟੀ ਵੀ ਪੂਰੀ ਜੇ ਆਪਾਂ ਕਹਿ ਲਈਏ ਤੰਦਰੁਸਤ ਆ ਪੂਰੀ, ਹਨਾ। ਕਿੰਨੇ ਕੁ ਦਿਨਾਂ ਦੀ ਸੂਈ ਆ ਬਾਈ ਇਹ? ਇਹਨੂੰ ਚੌਥਾ ਦਿਨ ਆ ਵੀਰੇ ਸੂਈ ਨੂੰ। ਇੱਥੋਂ ਦਿਖਾ ਦੇ ਦਰਸ, ਬਾਡੀ ਬੂਡੀ ਦਿਖਾ ਦੇ, ਬਾਡੀ ਬੂਡੀ ਦਾ ਉਹੀ ਗੱਲ ਆ, ਹਾਥੀ ਵਾਲਾ ਸਿਸਟਮ ਆ ਹਨਾ। ਆ ਲੈ ਵਾਲੂਗਾ ਵੀ ਦਿਖਾ ਦੇ, ਇੱਧਰੋਂ ਲਾ ਕੇ ਇੱਥੋਂ ਦਿਖਾ ਦੇ, ਖਾਣ ਥਨਾਉਟ ਟੌਪ ਦਾ ਯਾਰ, ਇੱਥੋਂ ਲੈ ਵਾਲੂਗਾ ਦਿਖਾ ਦੇ, ਪੂਰੇ ਚੌੜੇ ਆਰਡਰ ਦੀ ਆ, ਫਿਕਸ ਆਰਡਰ ਆ, ਤੇ ਮੇਨ ਗੱਲ ਆ ਨਸਾਂ ਨੁਸਾਂ ਬਹੁਤ ਨੇ ਯਾਰ, ਇਹ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਹੁੰਦੀ ਆ ਸੱਜਣੋ। ਇਹਦੇ ਪੈਸੇ ਕਿੰਨੇ ਲਵਾਂਗੇ, ਤੇ ਹੁਣ ਦੁੱਧ ਰੈਡੀ ਕਿੰਨਾ? ਚੌਥੇ ਦਿਨ ਸੂਈ ਥੱਲੇ ਇਹਦੇ ਲਈ 11 ਲੀਟਰ ਬੋਲਾ ਬਈ, 11 ਬੋਲਾ ਤਿਆਰ ਆ, ਤਿਆਰ ਦੋ ਡੰਗ ਚਾਰ ਡੰਗ, ਹਾਂ ਝੋਲੇ ਬਈ ਵਾਲਾ ਦੀ ਹੱਲੀ ਕਰਨੇ ਪੂਰੀ ਨਾਲੇ ਦੇ, ਆ ਕੱਟੀ ਆ ਹਨਾ, ਕੱਟੀ ਆ ਬਈ। ਪੈਸੇ ਕਿੰਨੇ ਲਵਾਂਗੇ ਇਹਦੇ? ਮੁੱਲ ਵੀਰੇ 1.40 ਆ। ਕਿੰਨੇ ਨਹੀਂ ਛੱਡਦਾਂਗੇ? 1.35 ਦੀ, 1.35 ਦੀ ਦੇ ਦਾਂਗੇ, ਮਾਨਤਾਨ ਕਰ ਦਾਂਗੇ, ਹਾਂ ਮਾਨਤਾਨ ਬਈ, ਛੋੜ ਦੋ। ਕਿਹੜਾ ਹੋਰ ਦਿਖਾ ਦੇ ਦਰਸ, ਓਏ ਦੇਖਣ ਵਾਲੀ ਚੀਜ਼ ਆ, ਉਹ ਘੋੜੇ ਵਾਂਗੂ ਖੜਦੀ ਆ ਗਰਦਨ ਗੁਰਦਨ ਚੱਕ ਕੇ, ਤਾਂ ਚੀਜ਼ ਦੇਖਣ ਵਾਲੀ, ਇਹੀ ਜੀ ਗੱਲ ਨਹੀਂ। ਇੱਥੋਂ ਦਿਖਾ ਆਰਡਰ ਉਡਰ ਇਹਦਾ, ਹਾਂ ਕਰੀ ਬਾਈ ਇਹਨੂੰ ਮਾੜਾ ਜਿਹਾ, ਆਹ ਜਗ੍ਹਾ ਦਾ ਬਸ ਥੋੜਾ ਜਿਹਾ ਜ਼ਰੂਰ ਆ, ਆਰਡਰ ਉਡਰ ਨਾੜਾ ਨੂੜਾ ਇਹਦੀ ਬਾਡੀ ਤੇ, ਇਹ ਬਾਈ ਕਹਿੰਦਾ ਦੇ ਦਾਂਗੇ 1.35 ਦੀ, 1.35 ਚ ਮਾਨਤਾਨ ਕਰ ਦਾਂਗੇ, ਤੇ ਆਹ ਵੱਡੀ ਮੈਂ ਇਸ ਤੇ ਵੀ ਮਾਰ ਦੇ ਕੈਮਰਾ, ਇਹ ਮੇਰਾ ਖਿਆਲ ਆ ਹੁਣੀ ਸੂਈ ਆ ਬਾਈ, ਹੈ ਇਹ ਹੁਣੀ ਸੂਈ ਆ ਵੀਰੇ, ਘੰਟਾ ਇੱਕ ਹੀ ਹੋਇਆ, ਇਹਦੇ ਮਗਰ ਬੱਚਾ ਕੀ ਆ, ਇਹਦੇ ਮਗਰ ਵੀ ਕੱਟੀ ਆ, ਇਹਦੇ ਨਾਲ ਵੀ ਕੱਟੀ, ਇਹ ਵੀ ਤੋਰ ਦੇ ਖੋਲ ਕੇ, ਤੇ ਥਣ ਥਣੌਟ ਸੱਜਣੋ ਇਹਨੂੰ ਵੀ ਚੰਗਾ ਲੱਗਿਆ ਬਾਈ, ਚਬਾਈ ਚਬੂਈ ਤਾਂ ਇਹਦੀ ਮੇਰਾ ਖਿਆਲ ਆ ਬੰਬੇ ਹੋਊਗੀ ਹਨਾ, ਹਾਂ ਵੀ ਪੂਰਾ ਮੋਟਾ ਚੋਣ, ਹਾਂ ਸਿੰਘ ਸੱਜਣੋ ਜ਼ਰੂਰ ਖੁੱਲਾ ਝੋਟੀ ਦਾ, ਪਰ ਉਹ ਬਾਡੀ ਵਾਲੀ ਆ, ਮੱਝ ਬਾਡੀ ਵਾਲੀ ਆ, ਸਿੰਘ ਜ਼ਰੂਰ ਖੁੱਲਾ, ਤੇ ਲੇਵਾ ਲੂਗਾ ਵੀ ਜੇ ਗੱਲ ਕਰ ਲਾਂ, ਪੂਰੇ ਖੁੱਲੇ ਆਰਡਰ ਦੀ ਆ, ਹੁਣ ਤਾਂ ਉਹੀ ਗੱਲ ਆ ਵੀ ਜੇ ਜਵਾਕ ਧਾਰ ਚੋਲੇ ਦੀ ਉਹ ਸਿਸਟਮ ਆ ਬਾਈ, ਬਾਕੀ ਵੱਡੀ ਆ ਬਾਈ, ਵੱਡੀ ਬੁੱਢੀ ਬਹੁਤ ਆਵੇ, ਹਾਂ ਇਹਦਾ ਸੂਆ ਕਿਹੜਾ ਹੋਊਗਾ ਜੀ?
ਇਹਦਾ ਵੀਰੇ ਚੌਥਾ ਪੰਜਵਾਂ ਸੂਆ ਹੋਊਗਾ। ਹਾਂ ਇਹਦਾ ਪੰਜਵਾਂ ਸੂਆ ਹੋਊਗਾ ਹਨਾ। ਹਾਂ ਵੀਰੇ ਇਹਦਾ ਚੌਥਾ ਪੰਜਵਾਂ ਸੂਆ ਹੋਊਗਾ, ਇਹੀ ਜੀ ਗੱਲ ਨਹੀਂ। ਪਰ ਉਹ ਯਾਰ ਜੇ ਬਾਡੀ ਦੀ ਗੱਲ ਕਰ ਲਾਂ, ਬਾਡੀ ਤੋਂ ਸਮੀ ਹੋਈ ਆ ਕਿਉਂਕਿ ਸੂਕੇ ਕਈ ਵਾਰੀ ਪਸ਼ੂ ਦਬ ਜੇ ਜਾਂਦਾ, ਪਰ ਆਡਰ ਯਾਰ ਇਹਦਾ ਵੀ ਬਾ ਕਮਾਲ ਆ ਹਨਾ। ਚਬਾਈ ਚਬੂਈ ਤਾਂ ਹੋਊਗਾ ਹੀ ਹਨਾ, ਪੂਰੀ ਵਧੀਆ। ਇਹ ਹੈਗੀ ਆ ਡੈਰੀ ਦੇ ਮਤਲਬ ਵਾਲੇ ਸੱਜਣ ਦੀ, ਜੇ ਕਿਸੇ ਸੱਜਣ ਨੇ ਡੈਰੀ ਡੂਰੀ ਪਾਉਣੀ ਆ ਉਹਨਾਂ ਵਾਸਤੇ ਆ। ਮੈਂ ਚੰਗੀ ਆ ਪੈਕ ਪੂਕ ਵੀ ਦੁੱਧ ਵਾਲਾ ਚੰਗਾ ਲੱਗਿਆ, ਤੇ ਹੈਗੀ ਵੀ ਯਾਰ ਬਾਡੀ ਵਾਲੇ ਜਿਹੜੀ ਤੁਹਾਨੂੰ ਮੈਂ ਇੱਕ ਨੰਬਰ ਤੇ ਦਿਖਾਈ ਆ, ਇਹਦੇ ਬਰਾਬਰ ਦੀ ਕੱਦ ਆ। ਇੱਥੋਂ ਦਿਖਾ ਦੇ ਦਰਸ ਕੱਦ ਇਹਦੇ ਬਰਾਬਰ ਦਾ, ਚੜਾਈ ਜੇ ਮੈਂ ਗੱਲ ਕਰ ਲਾ ਇਹਦੇ ਨਾਲ ਉਹਦੀ ਬਾਡੀ ਦੀ ਜ਼ਿਆਦੇ ਆ, ਚੜਾਈ ਚੜੂਈ ਜ਼ਿਆਦੇ ਆ ਹਨਾ। ਹਾਂ ਤੇ ਮੇਨ ਗੱਲ ਆ ਯਾਰ ਜਿਹੜੀ ਹੈਗੀ ਵੀ ਬਰੀਕ ਚਮੜੀ ਦੀ, ਜੇ ਆਪਾਂ ਗੱਲ ਕਰੀਏ ਦੁੱਧ ਵਾਲਾ ਜਾਨਵਰ ਆ, ਇਹਦੇ ਕਿੰਨੇ ਕ ਪੈਸੇ ਲਵਾਂਗੇ? ਇਹਦਾ ਇੱਕ ਦਸ ਆ ਵੀਰੇ। ਇੱਕ ਦਸ ਚੋਂ ਕਿੰਨਾ ਕ ਮਾਨ ਤਾਨ ਕਰ ਦਾਂਗੇ? ਇੱਕ ਪੰਜ ਦੀ ਦੇ ਦਾਂਗੇ। ਇਹ ਲੱਖ ਦੇ ਏੜ ਗੇੜ ਦੇ ਦਾਂਗੇ, ਚੱਲ ਦੇ ਦਾਂਗੇ। ਹਾਂ ਇਹ ਲੱਖ ਦੇ ਏੜ ਗੇੜ ਹੋ ਜੂਗੀ ਬਾਈ, ਸਿੰਘ ਜ਼ਰੂਰ ਦੇ ਖੁੱਲਾ ਇਹਦਾ। ਪਰ ਹੋਰ ਝੋਟੀ ਜੇ ਗੱਲ ਕਰ ਲਈਏ, ਕਮੀ ਕੋਈ ਨਹੀਂ ਹਨਾ, ਪੈਪ ਪੂਪ ਵੀ ਚੰਗਾ ਲੱਗਿਆ ਇਹਦੇ। ਇਹ ਕਿੰਨਾ ਕ ਦੁੱਧ ਦੱਸ ਕੇ ਇਹਦੇ ਨਾਲ ਵੀ ਸੱਜਣੋ ਫੀਮੇਲ ਕਾਫਾ। ਤੇ ਹੁਣ ਆ ਜਾ ਉਹਨੂੰ ਖੋਲ ਲਿਆ ਯਾਰ ਉਹ ਝੋਟੀ, ਨਾਲੇ ਡਿਟੇਲ ਆ ਉਹਦੇ ਨਾਲ ਕੱਟਾ ਇਹਦੇ ਮਾਰ ਦੇ ਆ ਉਹਦੇ ਨਾਲ ਕੱਟਾ। ਜਿਵੇਂ ਬਾਈ ਨੇ ਦੱਸਿਆ ਵੀ 6-7 ਮਹੀਨਿਆਂ ਦੀ ਸੂਈ ਆ, ਤੇ ਆਪ ਹੈਗੀ ਆ ਕਿਸੇ ਚੰਗੇ ਸੀਮਨ ਦੀ। ਆਹ ਸੱਜਣੋ ਨਾਲ ਉਹਦੇ ਕੱਟਾ ਹੈਗੀ, ਹਜੇ ਮੇਰਾ ਖਿਆਲ ਆ ਖਾਲੀ ਆ, ਗੱਭਣ ਕਰਾਈ ਨੀ ਬਾਈ ਨੇ। ਆਲੇ ਆ ਬਾਈ ਆਣੀ ਆਉਂ ਡਰਦੀ ਆ ਥੋੜਾ ਜਿਹਾ ਹਨਾ। ਹਾਂ ਉਹੀ ਗੱਲ ਆ ਵੀ ਜਗ੍ਹਾ ਦਾ ਭਾਸ ਆ, ਜਿਵੇਂ ਤੁਹਾਨੂੰ ਦੱਸਿਆ ਬਾਈ ਨੇ ਜਾਨਵਰ ਡੈਰੀ ਵਾਲਾ ਵਾਂਗੂ ਖਾਸੇ ਬੰਨ ਰੱਖੇ ਨੇ। ਇਹਦਾ ਸੂਆ ਕਿਹੜਾ? ਇਹਦਾ ਵੀਰੇ ਪਹਿਲਾ ਸੂਆ। ਅੱਛਾ ਇਹਦਾ ਪਹਿਲਾ ਸੂਆ, ਦੰਦਾਂ 'ਚ ਕਿਵੇਂ ਇਹ? ਦੰਦਾਂ 'ਚ ਵੀਰੇ ਹੁਣ ਸਿੱਖ ਦੇ ਦੰਦ ਹੁਣ ਪੱਟਿਆ ਨੇ। ਅੱਛਾ ਚਾਰ ਦੰਦਾ? ਚਾਰ ਦੰਦ। ਹਾਂ ਇਹ ਹੈਗੀ ਆ ਸੱਜਣੋ ਚਾਰ ਦੰਦ, ਛਿੱਗ ਦੇ ਦੰਦੇ ਨੇ ਹੁਣ ਪੱਟੇ ਨੇ ਜੇ ਗੱਲ ਕਰ ਲਈਏ। ਉੱਤੋਂ ਝੋਟੀ ਸਾਫ ਜ਼ਰੂਰ ਆ, ਪਰ ਪੈਰ ਥੋੜੇ ਜਿਹਾ ਜ਼ਰੂਰ ਬਣਵਾਉਣ ਵਾਲੇ ਨੇ ਹਨਾ। ਤਰਸ ਮਾਰਦੀ ਮੈਂ ਪੈਰ ਬਣਾਉਣ ਵਾਲੇ ਨੇ। ਹਾਂ ਪੈਰ ਇਹਦੇ ਜ਼ਰੂਰ ਬਣਵਾਉਣ ਵਾਲੇ ਨੇ ਬਾਈ, ਉਸ ਹਿਸਾਬ ਨਾਲ ਤਾਂ ਕਰਕੇ ਪੈਰ ਯਾਰ ਦੱਬ ਕੇ ਜੇ ਧਰਦੀ ਆ ਜੇ ਗੱਲ ਕਰ ਲਈਏ ਹਨਾ। ਇੱਥੇ ਬੰਦ ਨੇ, ਇੱਥੇ ਬੰਦ ਉੱਧਰ ਭੀੜ ਭੜੱਕਾ ਜਾ ਜਾਵੇ ਆ। ਇਹ ਕਿੰਨੇ ਮਹੀਨਿਆਂ ਦੀ ਸੂਈ ਹੋਊ ਬਾਈ? ਇਹ ਵੀਰੇ 6 ਮਹੀਨਿਆਂ ਦੀ ਸੂਈ ਹੋਈ ਆਗੀ। ਠੀਕ ਆ ਗੱਲ। 8 ਲੀਟਰ ਦੁੱਧ ਆ ਇਹਦੇ। 8 ਲੀਟਰ ਹੈਗਾ ਕਿਲੋ ਹੈ? ਕਿਲੋਆਂ ਦੇ ਲਾਲਾ ਤਾਂ ਲੀਟਰ ਆ, ਮਿਲ ਕੇ ਦੇ ਦਾਂਗੇ ਆਪਾਂ। ਠੀਕ ਆ 8 ਲੀਟਰ ਮਰਵਾ ਦਾਂਗੇ ਕਹਿਣ ਦਾ ਭਾਵ। ਹਾਂ ਥਣ ਥਣੋਟ ਇਹਨੂੰ ਵੀ ਚੰਗਾ ਲੱਗਿਆ, ਮਿਲਦੀ ਬੱਚੇ ਦੀ ਆ ਦੋਨੇ ਟਾਈਮ ਵੀਰੇ। ਅੱਛਾ ਫੇਸ ਫੇਸ ਕੁਆਲਿਟੀ ਚੰਗੀ ਆ, ਪਰ ਪੈਰ ਦਿਖਾ ਦੀ ਦਰਸ, ਕਿਉਂਕਿ ਬਾਅਦ ਚੋਂ ਯਾਰ ਸੱਜਣ ਆਪਾਂ ਨੂੰ ਕੋਈ ਹਨਾ ਪੈਰ ਬਣਾਉਣ ਵਾਲਾ, ਹਾਂ ਲਾਂਬਾ ਨਾ ਦੇਵੇ ਯਾਰ ਉਹ ਚੀਜ਼, ਜਿੰਨੀ ਕੁ ਚੀਜ਼ ਹੈਗੀ ਦਿਖਾ ਦੀ ਵੀ ਪੈਰ ਇਹਦੇ ਬਣਾਉਣ ਵਾਲੇ ਨੇ, ਸਿਕੰਦਰ ਦੀ ਆ ਵੀਰੇ। ਅੱਛਾ ਮਤਲਬ ਜਿੱਥੋਂ ਆਪਾਂ ਲਿਆਂਦੇ ਜਿਵੇਂ ਤੁਸੀਂ ਦੱਸਦੇ ਤੇ ਵੀ ਇੱਕੋ ਜਗ੍ਹਾ ਖੜੀ ਰਹੀ, ਇੱਕੋ ਜਗ੍ਹਾ ਰਹਿੰਦੀ, ਡਾਕਟਰ ਸੀਗਾ ਬਾਈ ਤੇ ਸਿਕੰਦਰ ਦੀ ਆ ਗਈ, ਉਂ ਵੀ ਉਹਦਾ ਆਪਦਾ ਹੀ ਟੀਕਾ ਭਰਿਆ ਹੋਇਆ ਸੀ ਆ ਘਰ ਦੇ। ਸੱਜਣੋ ਝੋਟੀ ਯਾਰ ਸਾਫ ਆ, ਬਾਡੀ ਬੁੱਡੀ ਦੀ ਜਿਹੜੀ ਗੱਲ ਆ ਵੀ ਪੈਰਾਂ ਤੋਂ ਥੋੜਾ ਜਿਹਾ ਮਾਰ ਖਾ ਗਈ, ਕਿਉਂਕਿ ਇੱਕ ਜਗ੍ਹਾ ਤੇ ਖੜੇ ਹੋਣ ਕਰਕੇ ਜਿਵੇਂ ਆਪਾਂ ਕਹਿੰਦੇ ਨੇ ਯਾਰ ਜਾਨਵਰ ਦੇ ਪੈਰ ਹਨਾ ਵੀ ਪੈਰ ਪੂਰੇ ਬਣਵਾਉਣ ਵਾਲੇ ਹੋ ਜਾਂਦੇ ਨੇ, ਕਿਉਂਕਿ ਇਹ ਤੁਰਦਾ ਫਿਰਦਾ ਰਹਿੰਦਾ ਤਾਂ ਨੌ ਇਹਦੇ ਘੱਸਦੇ ਰਹਿੰਦੇ ਨੇ। ਹਾਂ ਬਾਕੀ ਕੱਟਾ ਵੀ ਬਹੁਤ ਵੱਡਾ ਹੋਵੇ, ਕੱਟਾ ਵੀ ਦਿਖਾ ਦੇ ਦਰਸ ਨਾਲ, ਉਹ ਨਵਾਬ ਦਾ ਬੱਚਾ ਮਾਰ, ਇੱਥੋਂ ਲੇਵਲੂਆ ਵੀ ਦਿਖਾ ਦੇ ਦਾ। ਹਾਂ ਇੱਥੋਂ ਲੇਵਲੂਆ ਵੀ ਦਿਖਾ ਦੇ ਤੇ ਆਹ ਕੱਟੇ ਦੇ ਮਾਰਦੇ ਕੈਮਰਾ ਜਿਹੜੇ ਤੇ ਇਹ ਮਿਲਦੀ ਆ ਆ ਨਾਲ ਇਹਦੇ ਸੱਜਣੋ ਕੱਟਾ ਕੱਟਾ ਪੂਰਾ ਡਾਵਲਾ ਸੀ 6 ਮਹੀਨਿਆਂ ਦੇ ਹਿਸਾਬ ਨਾਲ ਇਹ ਨਵਾਬ ਦਾ ਹੈਗਾ। ਅੱਛਾ ਇਹਦੇ ਕਿੰਨੇ ਪੈਸੇ ਲਵਾਂਗੇ ਸਮੇਤ ਕੱਟਾ ਨਾਲ? ਇਹਦਾ 75,000 ਰੁਪਏ ਹੈ। 75,000 ਕਿੰਨੇ ਦੀ ਛੱਡ ਦਾਂਗੇ? ਫਿਕਸ ਨਹੀਂ ਮਿਲੀ ਆ ਕੰਮ ਜਮੀ ਅੱਜ, ਇਹ 70 ਦੀ ਦੇ, 70 ਦੀ ਦੇ। ਹਾਂ 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 8 ਲੀਟਰ ਰੈਡੀ ਆ, 8 ਲੀਟਰ। ਹਾਂ ਹੁਣ ਆ ਝੋਟੀ ਦੇ ਮਾਰ ਦੇ ਦਰਸ, ਇਹਦਾ ਕੀ ਸੀ ਨਾ ਬਾਈ? ਇਹ ਪਹਿਲੇ ਸੂਆ ਵੀਰੇ।
ਅੱਛਾ ਇਹ ਪਹਿਲੇ ਸੂ ਪਹਿਲੇ ਸੂ ਹੈਗੀ ਤੇ ਹਫਤਾ ਲੈ ਜੂ ਇਹ ਇੱਕ ਹਫਤੇ ਦੀ ਕੱਚੀ ਬਾਕੀ ਇਹ ਭਲਾ ਕਰੀਆਂ ਹੋਈਆਂ ਨੇ ਥਾਂ ਤੋਂ ਚੰਗਾ ਲੱਗਿਆ ਹੋਇਆ ਹਾਂ ਭਲਜੀ ਕਰ ਗਈ ਹੈ ਭਲਾ ਕਰ ਗਈ ਬਈ ਹਾਂ ਭਲਾਈਆਂ ਕਰ ਗਈ ਪਹਿਲਣਾ ਕਰਕੇ ਹੂੰ ਅਣਜਾਣ ਦੇ ਅਣਜਾਣ ਬੰਦੇ ਦੇ ਸਮਝੋ ਬਾਹਰ ਜੇ ਲੱਗੂਗੀ ਹੈ ਨਾ ਹਾਂ ਜੀ ਸਮਝੋ ਬਾਹਰ ਜੇ ਲੱਗੂ ਭਲਾ ਪੂਰਾ ਚੱਕ ਜੂਗੀ ਲੇਵਾ ਸਾਫ ਬਣਾ ਕੇ ਗਿਆ ਵਾਲੀ ਮਾਰ ਦਿਆ ਪੂਰਾ ਐ ਕੋਈ ਹਣੀ ਹੈਗੀ ਚੋਂ ਚਾਣ ਬਹੁਤ ਮੋਟਾ ਨਿਕਲੂ ਉਹਦਾ ਵੀ ਆ ਵੀ ਹਲੇ ਕਰਦੀ ਆ ਦਿਨ ਹਨਾ ਇਹ ਹਾਂ ਹਫਤਾ ਲੈ ਜੂ ਬਈ ਪੂਰੀ ਹਫਤਾ ਲੈ ਜੂ ਹਾਂ ਹਾਂ ਲੈ ਤੋੜ ਕੇ ਖਾ ਦੇ ਮੜੀ ਇਹ ਜੋਟੀ ਸੱਜਣੋ ਹਫਤਾ ਕੱਢ ਦੂ ਸੂਆ ਇਹਦਾ ਪਹਿਲਾ ਕਿਉਂਕਿ ਹਜੇ ਇਹ ਜੇ ਮੈਂ ਗੱਲ ਕਰ ਲਾਂ ਜਿਵੇਂ ਬਾਈ ਨੇ ਦੱਸਿਆ ਵੀ ਭਲਾ ਕਈ ਵਾਰੀ ਯਾਰ ਦੂਜੇ ਸੂਏ ਤੱਕ ਪਹਿਲੇ ਤੱਕ ਜਾਨਵਰ ਕਰਦਾ ਰਹਿੰਦਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਜੋਟੀ ਹੁਣ ਭਲਾਈਆਂ ਚ ਹੈ ਸਮਝ ਤੁਹਾਡੇ ਮਸਾ ਆਊਗੀ ਪਰ ਜੱਜਮੈਂਟ ਕਰ ਲਿਓ ਦੇਖਣ ਵਾਲੇ ਸੱਜਣਾ ਇੱਥੋਂ ਦਿਖਾ ਦੇ ਤਰਸ ਸਮਾਰ ਕੇ ਹੋਏ ਬਾਡੀ ਬੁੱਢੀ ਦਾ ਚੰਗੀ ਆ ਜੀ ਵਧਣ ਵਧੀਆ ਜੀ ਹਾਂ ਬਾਡੀ ਬੁੱਢੀ ਸੱਜਣੋ ਚੰਗੀ ਆ ਤੇ ਸਿੰਘ ਸੁੰਘ ਦੀ ਕੁਆਲਿਟੀ ਵੀ ਚੰਗੀ ਆ ਜੇ ਗੱਲ ਕਰ ਲੈਂਦਾ ਮੈਂ ਇਹਦਾ ਆ ਗਿਆ ਬਈ ਪਹਿਲਾ ਸੂਆ ਇਹ ਹੈਗੀ ਆ ਹਲੇ ਭਲਾ ਭੁਲਾਈਆਂ ਜੀ ਆ ਬਲੇ ਆ ਬਈ ਡਰਦੀ ਆ ਥੋੜਾ ਜਿਹਾ ਨਾ ਹਾਂ ਡਰ ਹੱਕ ਦੋ ਮਾੜਾ ਜਿਹਾ ਇਹ ਸੂਂਦੀ ਆ ਬਈ ਪਹਿਲਾ ਸੂਆ ਲੈ ਆਉਂਦੀ ਕੱਢ ਦੂ ਬਈ 8 10 ਦਿਨ ਇਹ ਹਫਤਾ ਮਨ ਰਹਿੰਦਾ ਵੀਰੇ ਹੋ ਜਾਂਦਾ ਪਹਿਲਾ ਵੀ ਹੋਵੇ ਤੋ ਇੱਕ ਦੋ ਦਿਨ ਠੀਕ ਆ ਗੱਲ ਉਹ ਲੈ ਜੂ ਜਣੀ ਦੀ ਖੁੱਲੋ ਬਹੁਤ ਬਈ ਥੱਲੋਂ ਇਹ ਇਹਦੇ ਪੈਸੇ ਕਿੰਨੇ ਕਲਾਵਾਂਗੇ ਬਾਈ ਇਹਦਾ ਮੁੱਲ ਵੀ 90,000 ਆ 85,000 ਦੀ ਦੇ ਦਾਂ ਅੱਛਾ ਇਹ ਦੇਵਾਂਗੇ 85 ਦੀ ਹਲੇ 7 ਤੋਂ 8 ਦਿਨ ਦੀ ਸੱਜਣੋ ਕੱਚੀ ਆ ਭਲਾ ਭੁਲਾ ਜਾਂ ਪਾਈ ਬੈਠੀ ਆ ਉਹ ਤੁਹਾਡੇ ਸਾਹਮਣੇ ਆ ਤੇ ਨੰਬਰ ਬੋਲ ਦਿਓ ਜੀ ਆਪਣਾ 98720 ਹਾਂਜੀ 37827 ਆ ਜੋਟੀ ਦੇ ਹੋਰ ਮਾਰ ਦੇ ਦਰਸ ਕੈਮਰਾ ਕਿਰਾ ਦਿਖਾ ਦੇ ਜਾਨਵਰ ਸਾਰੇ ਕਿਰਾ ਹੋਰ ਤੋੜ ਦਿੰਦੇ ਹਾਂ ਕਿਰਾ ਹੋਰ ਤੋੜਦੇ ਬਾਈ ਨੂੰ ਯਾਰ ਕਰਾ ਦੇ ਤਸੱਲੀ ਦੇਖਣ ਵਾਲੇ ਸੱਜਣਾ ਦੀ ਉਹ ਨਸਾਂ ਨੂੰ ਸਾਂ ਬਹੁਤ ਨੇ ਬਾਡੀ ਦੇ ਸੱਜਣੋ ਇਹਦਾ ਸੂਆ ਹੈਗਾ ਤੀਜਾ ਬਾਈ ਹੈ ਤੀਜਾ ਬਾਈ ਰਹਿਦੇ ਨਾਲ ਸੂਆ ਤੀਜਾ ਰੀਜਨਲ ਸੂਆ ਤੀਜਾ ਪਰ ਥਣ ਥਣ ਦੀ ਲੇਵੇ ਲੂਵੇ ਦੀ ਗੱਲ ਕਰੀਏ ਬਾ ਕਮਾਲ ਆ ਤੇ ਉੱਤੋਂ ਬਾਡੀ ਬੁੱਢੀ ਦੀ ਪੂਰੀ ਸ਼ਕੀਨ ਆ ਪੂਰੀ ਹਰੇਕ ਪੱਖ ਤੋਂ ਜੇ ਗੱਲ ਕਰ ਲਾਂ ਆ ਗਈ ਸਟਿਚ ਆਰਡਰ ਦੀ ਬਾ ਇਥੋਂ ਕਮਾ ਲਓ ਜੀ ਇਹਦਾ ਸੂਆ ਹੈਗਾ ਬਾਈ ਤੀਜਾ ਇਹਦੇ ਕਿੰਨੇ ਪੈਸੇ ਦੱਸੇ ਦੀ ਬਾਈ ਇਹ 41 ਦੱਸਿਆ ਜੀ ਵੀਰੇ ਜਾਨਵਰ ਹਨਾ ਆਪਣੀ ਸਮਝ ਨਾ ਲੈਣਾ ਹੁੰਦਾ ਪਰ ਲੇਵਾ ਲੂਵਾ ਝੋਟੀ ਦਾ ਉਹੀ ਗੱਲ ਆ ਵੀ ਸ਼ੂ ਤੱਕ ਹੀ ਆ ਤੇ ਮੇਨ ਗੱਲ ਆ ਜਿਹੜੀ ਬਣੂਗੀ ਵੀ ਯਾਰ ਚੌੜੇ ਲੇਵੇ ਦੀ ਉਹੀ ਗੱਲ ਜਗ੍ਹਾ ਦਾ ਵਾਸ ਥੋੜਾ ਹੈ ਜ਼ਰੂਰ ਹਨਾ ਉਹਦੇ ਕਰਕੇ ਤੋਰਨ ਤੂਰਨ ਚ ਦਿੱਕਤ ਪੈਂਦੀ ਆ ਆ ਨੰਬਰ ਬੋਲ ਦਿਓ ਆਪਣਾ 9872037827 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਹਮੀਦੀ ਤਹਿਸੀਲ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਇਹਨਾਂ 'ਚ ਬਾਈ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ।